स्टडी वीजा के मुद्दे से मैं बनागा थोड़ी आवाज़ कंसल्टेंट पूछांगे सीधे सवाल ते तुहानू मिलणगे थोड़े सवालों के जवाब। सत श्री अकाल, स्वागत है जी सारिआं दा। सो कैनेडा दे बैकलॉग्स दी गल करांगे, कैनेडा दे बैकलॉग ते वड्डे अपडेट्स तुहाडे नाल शेयर करांगे। बैकलॉग नूं लैके कैनेडा ने की किया है तुसीं सारे जाणदे हो, फिर भी एक बार दोबारा शेयर कर लांगे। बट उस तों बाद एक्सपर्ट की सोचदे ने कि की कैनेडा अपनी कमिटमेंट पूरी कर सकेगा। दूसरा, जे कैनेडा अपनी कमिटमेंट पूरी कर सकता है 2022 दे विच जिवें उन्होंने किया आ, ਤਾਂ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਫਾਈਲ ਲਗਾਉਣਗੇ ਉਹ ਫਾਈਲਾਂ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਹੋਊਗਾ, ਉਹਨਾਂ ਦੇ ਰਿਜ਼ਲਟਸ ਦਾ ਟ੍ਰੈਂਡ ਕਿਸ ਤਰੀਕੇ ਨਾਲ ਨਿਕਲੂਗਾ। ਸੋ ਐਕਸਪਰਟ ਇਹਨਾਂ ਸਾਰੀਆਂ ਗੱਲਾਂ ਬਾਰੇ ਕੀ ਸੋਚਦੇ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਹੁਤ ਇੰਪੋਰਟੈਂਟ ਰਹੇਗਾ ਅੱਜ ਦਾ ਸ਼ੋਅ, ਸ਼ੋਅ ਨੂੰ ਐਂਡ ਤੱਕ ਜ਼ਰੂਰ ਦੇਖੋ। ਅੱਜ ਦੇ ਸਾਡੇ ਐਕਸਪਰਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਤੋਂ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ, ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਕੈਨੇਡਾ ਨੇ ਵਾਅਦਾ ਕਰਤਾ, ਦਾਅਵਾ ਕਰਤਾ 2022 'ਚ ਬੈਕਲੌਗ ਖਤਮ ਕਰਨ ਦਾ, 20 to 22 lakh ਦਾ ਬੈਕਲੌਗ, ਕੋਈ ਛੋਟੀ ਅਮਾਊਂਟ ਛੋਟੀ ਗਿਣਤੀ ਨਹੀਂ ਹੈਗੀ। ਸਭ ਤੋਂ ਪਹਿਲਾਂ ਤੁਸੀਂ ਕੀ ਸੋਚਦੇ ਹੋ, ਵਾਅਦਾ ਦਾਅਵਾ ਪੂਰਾ ਹੋ ਸਕੇਗਾ? ਦੇਖੋ ਦੀਪਕ ਜੀ, 2021 ਨੂੰ ਕੰਪੇਅਰ ਕਰੀਏ ਜਿੱਥੇ ਬਹੁਤ ਜ਼ਿਆਦੀਆਂ ਇਰੈਗੂਲਰ ਪੈਟਰਨ ਆਪਾਂ ਨੂੰ ਰਿਜ਼ਲਟਸ ਨੂੰ ਦੇਖਣ ਨੂੰ ਮਿਲੇ, ਬਹੁਤ ਸਾਰੇ ਡਿਲੇਸ ਦੇਖਣ ਨੂੰ ਮਿਲੇ, ਬਟ 22 ਦੇ ਸਟਾਰਟ ਹੁੰਦੇ ਹਨ ਜਨਵਰੀ ਤੋਂ, ਐਟਲੀਸਟ ਰਿਜ਼ਲਟ ਕਾਊਂਟ ਜਿਹੜਾ ਸੀ ਉਹ ਵਧਿਆ, ਪ੍ਰੋਸੈਸਿੰਗ ਬਹੁਤ ਫਾਸਟ ਹੋਈ, ਆਰਟੀਫਿਸ਼ਲ ਇੰਟੈਲੀਜੈਂਸ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ, ਐਡੀਸ਼ਨਲ ਮੈਨ ਫੋਰਸ ਯੂਜ਼ ਕੀਤੀ ਜਾ ਰਹੀ ਹੈ, ਨਵੇਂ ਵੀਜ਼ਾ ਆਫਿਸਰਸ ਨੂੰ ਇੰਟਰੋਡਿਊਸ ਕੀਤਾ ਜਾ ਰਿਹਾ, ਇੰਡਕਟ ਕੀਤਾ ਜਾ ਰਿਹਾ, ਔਰ ਕਾਫੀ ਹੱਦ ਤੱਕ ਹੁਣ ਤੱਕ ਆਉਂਦੇ ਆਉਂਦੇ, ਜਿੱਥੇ ਆਪਾਂ 2022 ਦੇ ਐਂਡ ਤੱਕ ਦੀ ਗੱਲ ਕਰ ਮਿਡ ਤੱਕ ਦੀ ਗੱਲ ਕਰੀਏ ਤਾਂ ਰਿਜ਼ਲਟ ਸਿਚੁਏਸ਼ਨ ਕਾਫੀ ਹੱਦ ਤੱਕ ਇੰਪਰੂਵ ਹੈ। ਹਰ ਇੱਕ ਅਪਰੋਚ ਹੁੰਦੀ ਹੈ, ਐਟਲੀਸਟ ਚੀਜ਼ਾਂ ਇੰਪਰੂਵ ਹੋ ਰਹੀਆਂ ਨੇ, ਔਰ ਜਿਸ ਤਰੀਕੇ ਦੇ ਨਾਲ ਜਿਸ ਮੈਨਰ ਦੇ ਨਾਲ ਇੰਪਰੂਵ ਹੋ ਰਹੀਆਂ ਨੇ ਉੱਥੋਂ ਇਹ ਚੀਜ਼ ਕਲੀਅਰ ਹੁੰਦੀ ਹੈ ਕਿ ਸਪਟੈਂਬਰ ਦੇ ਰਿਜ਼ਲਟ ਔਨ ਟਾਈਮ ਮੈਕਸੀਮਮ ਮਿਲ ਜਾਣਗੇ, ਕਿਉਂਕਿ ਸਪਟੈਂਬਰ ਦੇ ਰਿਜ਼ਲਟ ਦੀਪਕ ਜੀ ਆਪਾਂ ਨੂੰ ਦਿਸਣੇ ਸ਼ੁਰੂ ਹੋ ਗਏ ਸੀ ਫੈਬਰਰੀ ਔਨਵਰਡ। ਹੁਣ ਇੱਥੇ ਇਕੱਲਾ ਜਿਹੜੀ ਤੁਸੀਂ ਰਿਲਾਏ ਨਹੀਂ ਕਰ ਸਕਦੇ ਕਿ IRCC ਨੇ ਕਿਹਾ ਜੀ ਕਿ ਅਸੀਂ 2022 ਦੇ ਐਂਡ ਤੱਕ ਰਿਜ਼ਲਟਸ ਨੂੰ ਬਿਲਕੁਲ ਕਲੀਅਰ ਕਰ ਦਾਂਗੇ, ਹੁਣ ਉਹਦੇ ਵਿੱਚ ਸਾਨੂੰ ਵੀ ਪਾਰਟੀਸਿਪੇਟ ਕਰਨਾ ਪੈਣਾ। ਇਕੱਲਾ ਇੱਕ ਐਮਬੈਸੀ ਉਸ ਚੀਜ਼ ਨੂੰ ਕਲੈਰੀਫਾਈ ਨਹੀਂ ਕਰ ਪਾ ਸੀ, ਜਦੋਂ ਉਹਨਾਂ ਨੇ ਦੱਸਿਆ ਕਿ ਬੈਕਲੌਗਸ ਹੈਗੇ ਨੇ, ਇਨਟੇਕਸ ਨੂੰ ਐਡਵਾਂਸ ਅਪਲਾਈ ਕਰੋ, ਉਹਨਾਂ ਨੇ ਆਪਣੇ ਵੈਬੀਨਾਰ 'ਚ ਵੀ ਦੱਸਿਆ, ਪਿੱਛੇ ਜੇ ਹਾਲੇ ਤੁਸੀਂ ਲਾਸਟ ਮੰਥ ਦੇ ਸਟਾਰਟ ਜੂਨ ਦੇ ਸਟਾਰਟ 'ਚ ਵੀ ਸੁਣਿਆ ਹੋਊਗਾ ਕਿ IRCC ਵੱਲੋਂ ਨੋਟੀਫਿਕੇਸ਼ਨ ਸੀਗਾ ਕਿ ਜਿਹੜੇ ਐਪਲੀਕੈਂਟਸ 2022 'ਚ ਅਪੀਅਰ ਹੋ ਰਹੇ ਨੇ ਉਹ ਆਪਣੇ ਪ੍ਰੀ ਬੋਰਡ ਦੇ ਐਗਜ਼ਾਮਸ ਦੇ ਅਕੋਰਡਿੰਗਲੀ ਕੰਡੀਸ਼ਨਲ ਔਫਰਸ ਅਪਲਾਈ ਕਰ ਸਕਦੇ ਆਪਣੇ ਇੰਸਟੀਟਿਊਸ਼ਨਸ। ਸੋ ਇੱਥੇ ਉਹ ਕਲੀਅਰਲੀ ਇੰਟਰੋਡਿਊਸ ਕਰ ਰਹੇ ਨੇ ਸਟੂਡੈਂਟਸ ਨੂੰ, ਡਿਫਾਈਨ ਕਰ ਰਹੇ ਨੇ ਕਿ ਤੁਸੀਂ ਵੈਲ ਇਨ ਐਡਵਾਂਸ ਆਪਣੀਆਂ ਐਪਲੀਕੇਸ਼ਨ ਨੂੰ ਲਾਓ। ਹੁਣ ਜੇ ਆਪਾਂ ਇੱਕ ਇਨਟੇਕ ਨੂੰ ਲੈ ਕੇ ਡਿਲੇ ਕਰੀ ਜਾਵਾਂਗੇ, ਨਜ਼ਦੀਕ ਆ ਕੇ ਫਾਈਲ ਕਰਨ ਦੀ ਕੋਸ਼ਿਸ਼ ਕਰਾਂਗੇ, ਸਟੂਡੈਂਟ ਨਾਲ ਅੱਜ ਗੱਲ ਕਰੋ ਅਤੇ ਸਟੂਡੈਂਟ ਗੱਲ ਕਰਦਾ ਜੀ ਜਨਵਰੀ ਦੀ ਗੱਲ ਮੇਰੇ ਨਾਲ ਅੱਜ ਕਿਉਂ ਕਰ ਰਹੇ ਹੋ, ਮੇ ਦੀ ਗੱਲ ਮੇਰੇ ਨਾਲ ਅੱਜ ਕਿਉਂ ਕਰ ਰਹੇ ਹੋ, ਤਾਂ ਇਹ ਬੈਕਲੌਗਸ ਦੇ ਵਿੱਚ ਸਾਨੂੰ ਵੀ ਪਾਰਟੀਸਿਪੇਟ ਕਰਨਾ ਪਏਗਾ। ਨਹੀਂ ਕਿ ਸਿਰਫ ਸਾਨੂੰ ਇਹ ਦੇਖਣਾ ਪਊ ਵੀ IRCC ਹੁਣ 500 ਦੀ ਬਜਾਏ 1000 ਵੀਜ਼ਾ ਆਫਿਸਰ ਕਰ ਦੇਵੇ, ਉਹ ਆਪਣੇ ਨਵੇਂ ਸੈਂਟਰ ਹੋਰ ਖੋਲ੍ਹੇ, ਇਸ ਤਰੀਕੇ ਨਾਲ ਬੈਕਲੌਗਸ ਕਦੀ ਵੀ ਨਹੀਂ ਕਲੀਅਰ ਹੋਣੇ। ਸੋ ਹਮੇਸ਼ਾ ਕੈਂਡੀਡੇਟਸ ਨੂੰ ਵੀ ਚਾਹੀਦਾ ਕਿ ਉਹ ਆਪਣੀਆਂ ਐਪਲੀਕੇਸ਼ਨਸ ਨੂੰ ਵੈਲ ਇਨ ਐਡਵਾਂਸ ਨੈਕਸਟ ਇਨਟੇਕਸ ਦੇ ਲਈ ਇਨੀਸ਼ੀਅਲਾਈਜ਼ ਕਰਨ, ਕੰਪਲੀਟ ਕਰਨ, ਸੋ ਦੈਟ ਉਹਨਾਂ ਐਪਲੀਕੇਸ਼ਨਸ ਨੂੰ ਸੌਰਟ ਆਊਟ ਕੀਤਾ ਜਾਵੇ, ਕਿਉਂਕਿ ਨੰਬਰ ਆਫ ਐਪਲੀਕੇਸ਼ਨਸ ਦੀਪਕ ਜੀ ਨਹੀਂ ਰੁਕਣੀਆਂ। ਹਰ ਇੱਕ ਕੈਂਡੀਡੇਟ ਨੇ ਹਰ ਇੱਕ ਵੀਜ਼ਾ ਕੈਟੇਗਰੀ 'ਚ ਅਪਲਾਈ ਕਰਨਾ ਹੈ, ਜਾਂ ਤਾਂ ਐਮਬੈਸੀ ਇਸ ਪਾਰਟ ਨੂੰ ਰੋਕ ਦੇ ਕਿ ਅਗਲੇ 6 ਮਹੀਨੇ ਦੇ ਲਈ ਕੋਈ ਵੀ ਐਮਬੈਸੀ ਜਿਹੜੀ ਹੈ ਕੋਈ ਵੀ ਸੈਂਟਰ ਦੇ ਵਿੱਚ ਕੋਈ ਵੀ ਨਵੀਂ ਐਪਲੀਕੇਸ਼ਨ ਅਸੈਪਟ ਨਹੀਂ ਕੀਤੀ ਜਾਊਗੀ, ਫਿਰ ਤਾਂ 5 ਮਹੀਨੇ ਦੇ ਵਿੱਚ ਬੈਕਲੌਗ ਕਲੀਅਰ ਹੋ ਜੂ। ਨਵੀਆਂ ਐਪਲੀਕੇਸ਼ਨਸ ਵੀ ਜਾ ਰਹੀਆਂ ਨੇ, ਕੁਝ ਟਾਈਮ 'ਤੇ ਜਾ ਰਹੀਆਂ ਨੇ, ਕੁਝ ਡਿਲੇ ਜਾ ਰਹੀਆਂ ਨੇ। ਸੋ ਇੱਥੇ ਸਾਨੂੰ ਵੀ ਪਾਰਟੀਸਿਪੇਟ ਕੰਸਲਟੈਂਟਸ ਨੂੰ ਵੀ ਕਰਨਾ ਪਊ, ਸਟੂਡੈਂਟਸ ਨੂੰ ਵੀ ਕਰਨਾ ਪਊ ਕਿ ਔਨ ਟਾਈਮ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਕਰੋ। ਪਰ ਤੁਸੀਂ ਮੰਨਦੇ ਹੋ ਕਿ ਚਾਂਸਿਸ ਹੈਗੇ ਆ ਕਿ ਉਹਨਾਂ ਨੇ ਜੋ ਕਿਹਾ ਅਚੀਵ ਕਰ ਲਿਆ? ਬਿਲਕੁਲ ਦੀਪਕ ਜੀ, ਜਿਸ ਪੈਟਰਨ ਦੇ ਨਾਲ ਉਹ ਚੱਲ ਰਹੇ ਨੇ, ਜਿਸ ਹਿਸਾਬ ਨਾਲ ਰਿਜ਼ਲਟ ਆ ਰਹੇ ਨੇ, ਜਨਵਰੀ ਇਨਟੇਕ ਨੂੰ ਲੈ ਕੇ ਮੈਂ ਇਹ ਚੀਜ਼ ਕਹਿ ਸਕਦਾ ਕਿ ਸਟੂਡੈਂਟ ਔਨ ਟਾਈਮ ਫਲਾਈ ਕਰਨਗੇ। ਸੋ ਬੈਕਲੌਗ ਕਲੀਅਰ ਹੋਣ ਦੇ ਟ੍ਰੈਂਡ 'ਤੇ ਵੀ ਕੋਈ ਅਸਰ ਪੈਣਗੇ? ਬੈਕਲੌਗ ਕਲੀਅਰ ਹੋਣ ਦੇ ਟ੍ਰੈਂਡ 'ਤੇ ਅਸਰ ਦੇਖੋ ਜੀ ਡਿਪੈਂਡ ਹੈ ਜੀ, ਹੁਣ ਕਿਸ ਤਰੀਕੇ ਨਾਲ ਅੱਗੇ ਨੰਬਰ ਆਫ ਐਪਲੀਕੇਸ਼ਨਸ ਚੱਲਣਗੀਆਂ, ਕਿਸ ਹਿਸਾਬ ਦੇ ਪ੍ਰੋਫਾਈਲਸ ਜਾਣਗੇ, ਸੋ ਉਹਦੇ ਉੱਤੇ ਆਉਣ ਵਾਲਾ ਸਮਾਂ ਜਿਹੜਾ ਸਾਨੂੰ ਹੈ ਉਹ ਦੱਸੋ। ਸੋ ਬਹੁਤ ਬਹੁਤ ਧੰਨਵਾਦ ਸਾਡਾ ਅੱਜ ਦਾ ਸ਼ੋਅ ਦੇਖਣ ਲਈ। ਇਨਫੋਰਮੇਸ਼ਨ, ਇੰਪੋਰਟੈਂਟ ਇਨਫੋਰਮੇਸ਼ਨ, ਅਪਡੇਟਸ ਲਗਾਤਾਰ ਅਸੀਂ ਤੁਹਾਡੇ ਤੱਕ ਲਿਆਉਂਦੇ ਰਹਾਂਗੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਸਟੱਡੀ ਵੀਜ਼ਾ ਦੇ ਮੁੱਦੇ 'ਤੇ ਮੈਂ ਬਣਾਂਗਾ ਤੁਹਾਡੀ ਆਵਾਜ਼, ਕੰਸਲਟੈਂਟ ਪੁੱਛਾਂਗੇ ਸਿੱਧੇ ਸਵਾਲ ਅਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।